ਸਤਿ ਸ਼੍ਰੀ ਅਕਾਲ ਜੀ, ਹੌਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਗੌਰਵ। ਦੋਸਤੋ, ਤੁਹਾਨੂੰ ਦੱਸ ਦਈਏ, ਪੱਕੇ ਬਾਗ ਦੇ ਅੰਦਰ ਗੱਟੂ ਫੜੇ ਗਏ ਨੇ, ਚਾਈਨੀਜ਼ ਡੋਰ ਫੜੀ ਗਈ ਹੈ। ਸੋ ਇਸ ਟਾਈਮ ਸਾਡੇ ਨਾਲ SHO ਸਾਹਿਬ ਵੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਤਾਂ ਜਾਣਦੇ ਹਾਂ ਕੀ ਪੂਰਾ ਮਾਮਲਾ। ਹਾਂਜੀ ਸਰ ਸਾਨੂੰ ਸ਼ਾਮੀ ਅੰਸਰ ਮਿਲਦੀ ਤੇ ਕੋਈ ਰੋੜਾ ਜਨਰਲ ਸਟੋਰ ਦਾ ਪੰਜਾਬ ਦੇ ਵਿੱਚ ਜੀ, ਕਿੱਥੇ ਕਰਕੇ ਸਰ? ਇਹ ਪੱਕੇ ਬਾਗ ਦੇ ਵਿੱਚ ਜੀ, ਤੇ ਉੱਥੇ ਜਿਹੜਾ ਆਪਣੇ ਗੱਟੂ ਵਿਕਦਾ ਚਾਈਨਾ ਡੋਰ ਵਿਕਦੀ ਹੈ ਜੀ, ਤੇ ਜਿੱਥੇ ਤੁਰੰਤ ਕਾਰਵਾਈ ਕਰਦੇ ਨੇ ਉੱਥੇ ਰੇਡ ਕੀਤਾ ਜੀ, ਜਿੱਥੇ ਸਾਨੂੰ ਉੱਥੇ 75 ਜਿਹੜੇ ਚਾਈਨਾ ਡੋਰ ਦੇ ਜਿਹੜੇ ਗੱਟੂ ਹੁੰਦੇ ਆ ਉਹ ਹੁੰਦੇ ਜੀ। ਕਿੰਨੇ ਕਿੰਨੇ ਕੁ ਬੰਦੇ ਸਰ ਤੁਹਾਡੇ ਵੱਲੋਂ ਉੱਥੇ ਕਵਰ ਕੀਤੇ ਗਏ ਨੇ? ਹਾਂਜੀ, ਕਿੰਨੇ ਕੁ ਬੰਦੇ ਮੌਕੇ ਤੇ ਫੜੇ ਗਏ ਨੇ? ਮੌਕੇ ਤੇ ਜੀ ਜੀ ਮੌਕੇ ਤੇ ਉਹਨੂੰ ਵੀ ਆਉਂਦਾ ਨਾ, ਉਹਦੇ ਇੱਕ ਬੰਦਾ ਹੋ ਰਿਹਾ ਤਾਂ ਅਸੀਂ ਵੈਰੀਫਾਈ ਕਰਾਂਗੇ, ਜੇ ਤਾਂ ਉਹ ਦੁਕਾਨ ਤੇ ਬੰਦਾ ਨਾਲ ਇਨਵੋਲਵ ਹੋਇਆ ਤਾਂ ਉਹਨੂੰ ਵੀ ਕਰਾਂਗੇ, ਨਹੀਂ ਹੋਵੇ ਤਾਂ ਨਹੀਂ ਕਰਾਂਗੇ ਜੀ। ਸਰ ਕੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ? ਸਾਡੇ ਜੋ ਕਾਨੂੰਨ ਸਾਲ ਪਾਉਂਦਾ ਗਾ ਐਫਆਈ ਸਾਲ ਤੋਂ ਕਾਰਵਾਈ ਕਰਾਂਗੇ। ਸਰ ਕਿਤੇ ਨਾ ਕਿਤੇ ਦੇਖਿਆ ਜਾਵੇ, ਜੇ ਗੱਲ ਕਰੀਏ ਆਪਾਂ ਚਾਈਨੀਜ਼ ਡੋਰ ਦੀ, ਪਹਿਲਾਂ ਤਾਂ ਚਾਈਨਾ ਦਾ ਕਾਫੀ ਪ੍ਰੋਡਕਟ ਹੈ ਜਿਹੜੇ ਕਿ ਬੈਨ ਕੀਤੇ ਗਏ ਆ, ਲੇਕਿਨ ਉੱਥੇ ਜੇ ਹੁਣ ਗੱਲ ਕਰੀਏ ਇਸ ਟਾਈਮ ਸ਼ਹਿਰ ਦੇ ਅੰਦਰ ਕਾਫੀ ਧੜੱਲੇ ਨਾਲ ਜਿਹੜਾ ਇਹ ਕੰਮ ਚੱਲ ਰਿਹਾ ਵਾ, ਤੇ ਇਸ ਤੇ ਕਿੱਦਾਂ ਠੱਲ ਪਾਈ ਜਾ ਸਕਦੀ ਹੈ? ਦੇਖੋ, ਸਾਡੇ ਦਾ ਜਿਹੜਾ ਨੋਟ ਵਿੱਚ ਆਉਂਦਾ ਇਹ ਤਾਂ ਤੁਰੰਤ ਉਸ ਮੌਕੇ ਤੇ ਕਾਰਵਾਈ ਕਰ ਦਿੰਦੇ ਆ ਜੀ, ਤੇ ਮੈਂ ਤਾਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਜਿਹੜਾ ਬੰਦਾ ਵੀ ਚੈਨਲ ਤੋਂ ਵੇਚਦਾ ਸਾਨੂੰ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰਨ, ਸਾਨੂੰ ਸਹਿਯੋਗ ਦੇਣ। ਮੈਂ ਕਹਿੰਦਾ ਮੇਰੇ ਜਿਹੜਾ ਮੇਰੇ ਥਾਣੇ ਦੇ ਏਰੀਏ ਵਿੱਚ ਕਿਤੇ ਵੀ ਚੈਨਲ ਡੋਰ ਨਾ ਵਿਕੇ, ਜਿੱਥੇ ਵਿਕਦੀ ਉੱਥੇ ਮੈਂ ਤੁਰੰਤ ਕਾਰਵਾਈ ਕਰਕੇ ਬਚਾ ਦਿੰਦਾ। ਸਰ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਲੋਕਾਂ ਦਾ ਸਪੋਰਟ ਵੀ ਚਾਹੀਦਾ ਕਿ ਬਿਕੋਜ਼ ਕਈ ਲੋਕ ਜਿਹੜੇ ਐਕਸੀਡੈਂਟ 'ਚ ਡੈਥ ਕਰ ਰਹੇ ਆ, ਜਿਹੜੇ ਪੰਛੀ ਨੇ ਉਹਨਾਂ ਦੇ ਨਾਲ ਵੀ ਜਿਹੜੇ ਕਈ ਐਸੇ ਹਾਦਸੇ ਹੋ ਜਾਂਦੇ ਨੇ। ਸਾਨੂੰ ਅੱਜ ਤੱਕ ਕਦੇ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਵੀ ਸਾਡਾ ਚਾਈਨਾ ਡੋਰ ਨੂੰ ਨੁਕਸਾਨ ਹੈ, ਬਟ ਅਸੀਂ ਪੜ੍ਹਦੇ ਜ਼ਰੂਰ ਅਖਬਾਰਾਂ ਵਿੱਚ ਚਾਈਨਾ ਡੋਰ ਜੀ 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 ਸਰ ਕਾਫੀ ਹੱਦ ਤੱਕ ਦੇਖਣ ਨੂੰ ਮਿਲਦਾ। ਤੇ ਜੇ ਸਾਡੇ ਕੋਈ ਇਦਾਂ ਦੀ ਕੋਈ ਇੱਕ ਵੀ ਕੰਪਲੇਂਟ ਆਈ ਅਸੀਂ ਉਹਦੇ ਵਿੱਚ ਵੀ ਇਹਨੂੰ ਸ਼ਾਮਲ ਕਰ ਸਕਦੇ ਹਾਂ। ਜੀ 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 ਉਹਦੇ ਵਿੱਚ ਵੀ ਬਿਲਕੁਲ, ਪਰ ਸਾਡੇ ਕੋਲ ਕੋਈ ਇਦਾਂ ਦੀ ਕੰਪਲੇਂਟ ਨਹੀਂ ਆਈ ਕੋਈ। ਸਰ ਕਿੰਨੇ ਪ੍ਰਕਾਰ ਦੇ ਨੇ ਮਿਲੇ ਨੇ, ਕਿਉਂਕਿ ਕਾਫੀ ਇਹਦੀ ਲੈਂਥ ਹੁੰਦੀ ਹੈ, ਕਿਲੋ ਦਾ ਵੀ ਹੁੰਦਾ, ਅੱਧਾ ਕਿਲੋ ਦਾ ਵੀ ਹੁੰਦਾ ਜੀ, ਜੋ ਅਸੀਂ ਉਹਦੇ ਸਾਡੇ ਟੋਟਲ ਕਿੰਨਾ ਕਿ 75 75 ਠੀਕ ਹੈ ਸਰ, ਥੈਂਕ ਯੂ ਜੀ।